ਮੋਤੀ ਮਹਿਰਾ ਜੀ ਜਦੋਂ ਆਪਣੀ ਪਿੱਠ ਦੇ ਉੱਤੇ ਦੁੱਧ ਦਾ ਗੜਵਾ ਉਹਦੇ 'ਤੇ ਤਿੰਨ ਬਾਟੇ ਰੱਖ ਕੇ ਲਗਾਏ ਅਤੇ ਉਹ ਮਾਤਾ ਜੀ ਨੂੰ ਬੇਨਤੀ ਕਰਨ ਲੱਗੇ ਮਾਤਾ ਗੁਜਰ ਕੌਰ ਨੂੰ ਮਾਤਾ ਗੁਜਰੀ ਜੀ ਨੂੰ ਉਹ ਕਹਿੰਦੇ ਵੀ ਇੱਕ ਕਿਰਤੀ ਹਾਂ ਹੱਲ ਕਰ ਨਾ ਸਕਾਂ ਗੁਰਜਾਂ ਪੱਚੇ ਸਵਾਲਾਂ ਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਛਕੋ ਛਕਾਓ ਲਾਲਾ ਫਿਰ ਅੱਗੇ ਕਹਿੰਦਾ ਦੇਖੋ ਕਈਆਂ ਤੋਂ ਘਰ ਆਈ ਲਕਸ਼ਮੀ ਘਰ ਆਇਆ ਪਰਮੇਸ਼ਰ ਨਹੀਂ ਪਛਾਣ ਹੋਇਆ ਕਹਿੰਦਾ ਵੀ ਘਰ ਸੱਦ ਕੇ ਲਾਲ ਫੜਾ ਦਿੱਤੇ ਝੂਰੇਗਾ ਖੋਟੇ ਕਰਮਾਂ ਨੂੰ ਉਸ ਗੰਗੂ ਥਾਂ ਕਿਤੇ ਮੈਂ ਹੁੰਦਾ ਤੇ ਹੰਝੂਆਂ ਨਾਲ ਧੋਂਦਾ ਕਰਨਾ ਨੂੰ ਕੀ ਬਾਤ ਬਹੁਤ ਅੱਛਾ ਕਹਿੰਦਾ ਵੀ ਘਰ ਸੱਦ ਕੇ ਲਾਲ ਫੜਾ ਦਿੱਤੇ ਝੂਰੇਗਾ ਖੋਟੇ ਕਰਮਾਂ ਨੂੰ ਉਸ ਗੰਗੂ ਥਾਂ ਜੇ ਮੈਂ ਹੁੰਦਾ ਹੰਝੂਆਂ ਨਾਲ ਧੋਂਦਾ ਚਰਨਾਂ ਨੂੰ ਰੱਬ ਵਾਂਗੂ ਤੈਨੂੰ ਪੂਜਦਾ ਮੈਂ ਪਲਕਾਂ 'ਤੇ ਬਿਠਾਉਂਦਾ ਲਾਲਾਂ ਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਛਕੋ ਛਕਾਓ ਲਾਲਾ ਅੱਛਾ ਜੀ ਅੱਗੇ ਕਹਿੰਦਾ ਕਿ ਮਾਤਾ ਜੀ ਕਿ ਠੰਡਾ ਯੱਖ ਅਤੇ ਕੱਕਰ ਵਗਦਾ ਹੈ ਮੇਰਾ ਵਸ ਚੱਲੇ ਮੈਂ ਟਾਲ ਦਿਆਂ ਟਾਲਦਾ ਨਹੀਂ ਮੇਰੇ ਵਸ ਤੋਂ ਉਤਲੀ ਜਾ ਲਿਆ ਠੰਡਾ ਯੱਖ ਅਤੇ ਕੱਕਰ ਵਗਦਾ ਹੈ ਮੇਰਾ ਵਸ ਚੱਲੇ ਮੈਂ ਟਾਲ ਦਿਆਂ ਤੁਸੀਂ ਹੁਕਮ ਕਰੋ ਤਾਂ ਅੱਗ ਲਾ ਕੇ ਮੈਂ ਤਾਂ ਆਪਣੇ ਆਪ ਨੂੰ ਬਾਲ ਦਿਆਂ ਮੈਂ ਮੱਚ ਜਾਵਾਂ ਮੈਂ ਮੱਚ ਜਾਵਾਂ ਠੰਡ ਨਾ ਲੱਗੇ ਮਾਂ ਲਾਲ ਤੇਰੇ ਦਿਆਂ ਲਾਲਾਂ ਨੂੰ ਮੈਂ ਮੱਚ ਜਾਵਾਂ ਠੰਡ ਨਾ ਲੱਗੇ ਮਾਂ ਲਾਲ ਤੇਰੇ ਦਿਆਂ ਲਾਲਾਂ ਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਛਕੋ ਛਕਾਓ ਲਾਲਾ ਆਖਰੀ ਪਹਿਰੇ 'ਚ ਮਾਤਾ ਜੀ ਕਹਿੰਦਾ ਤੁਸੀਂ ਮੇਰੇ ਸ਼ਹਿਰ ਆਏ ਕਿਹੜੇ ਭੇਸ 'ਚ ਆਏ ਅਤੇ ਮੈਂ ਤਾਂ ਇੱਦਾਂ ਵੀ ਨਹੀਂ ਕਹਿ ਸਕਦਾ ਆਓ ਘਰ ਨੂੰ ਚਲੀਏ ਮੈਂ ਇੰਨਾ ਮਜਬੂਰ ਹਾਂ ਇਹ ਬੱਚਾ ਤੇਰੇ ਚਰਨਾਂ ਵਿੱਚ ਮਾਂ ਬਹੁਤਾ ਚਿਰ ਨਹੀਂ ਬਹਿ ਸਕਦਾ ਪੈਰੇ ਵਾਲੇ ਦਾ ਖਤਰਾ ਕੱਲ੍ਹ ਨੂੰ ਮੈਂ ਦੁੱਧ ਲੈ ਕੇ ਆਉਣਾ ਮੈਂ ਤਾਂ ਰੋਜ਼ ਦੁੱਧ ਲੈ ਕੇ ਆਉਣਾ ਜਿੰਨਾ ਚਿਰ ਤੁਸੀਂ ਇੱਥੇ ਮੈਂ ਹੁਣ ਚੱਲਾਂ ਵੀ ਇਹ ਬੱਚਾ ਤੇਰੇ ਚਰਨਾਂ ਵਿੱਚ ਮਾਂ ਬਹੁਤਾ ਚਿਰ ਨਹੀਂ ਬਹਿ ਸਕਦਾ ਬਦਕਿਸਮਤ ਹਾਂ ਚਲੋ ਘਰ ਮੇਰੇ ਮੈਂ ਤਾਂ ਇੰਨਾ ਵੀ ਨਹੀਂ ਕਹਿ ਸਕਦਾ ਇਹ ਬੱਚਾ ਤੇਰੇ ਚਰਨਾਂ ਵਿੱਚ ਮਾਂ ਬਹੁਤਾ ਚਿਰ ਨਹੀਂ ਬਹਿ ਸਕਦਾ ਬਦਕਿਸਮਤ ਹਾਂ ਚਲੋ ਘਰ ਮੇਰੇ ਮੈਂ ਤਾਂ ਇੰਨਾ ਵੀ ਨਹੀਂ ਕਹਿ ਸਕਦਾ ਨਹੀਂ ਤਾਂ ਪਾਲਕੀ ਵਿੱਚ ਬਿਠਾ ਕੇ ਮੈਂ ਸੱਚੀ ਘਰ ਲੈ ਜਾਂਦਾ ਨਹੀਂ ਤਾਂ ਪਾਲਕੀ ਵਿੱਚ ਬਿਠਾ ਕੇ ਮੈਂ ਪੈਦਲ ਨਹੀਂ ਤੁਰਨ ਦੇਣੇ ਸੀ ਪਾਲਕੀ ਤੋਂ ਬਿਠਾ ਹਾਂ ਨਹੀਂ ਤਾਂ ਪਾਲਕੀ ਵਿੱਚ ਬਿਠਾ ਕੇ ਮੈਂ ਸੱਚੀ ਘਰ ਲੈ ਜਾਂਦਾ ਲਾਲਾਂ ਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਜੀ ਖੁਦ ਛਕੋ ਛਕਾਓ ਲਾਲ ਬਹੁਤ ਬਹੁਤ ਵਧੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ